ਪਹਾੜੇ ਆ ਕੇ ਝੁਕਮਨ ਗਏ ਤਿੰਨ ਦੋਸਤਾਂ ਦੇ ਨਾਲ ਵੱਡਾ ਹਾਦਸਾ ਵਾਪਰਿਆ ਜਿੱਥੇ ਉਹਨਾਂ ਦੀ ਤੇਜ਼ ਰਫ਼ਤਾਰ ਕਾਰ ਪਹਾੜੀ ਤੋਂ ਰੁੜਦੀ ਹੋਈ ਹੇਠਾਂ ਸੜਕ ਤੇ ਜਾ ਡਿੱਗੀ ਜਿਸ ਕਰਕੇ ਕਾਰ ਦੇ ਪਰਖੱਚੇ ਉੱਡ ਗਏ ਅਤੇ ਦੋ ਮੁੰਡਿਆਂ ਦੀ ਥਾਂ ਹੀ ਜਾਨ ਨਿਕਲ ਗਈ ਜਦਕਿ ਤੀਸਰਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਕਾਰ ਪਹਾੜੀ ਤੋਂ ਡਿੱਗਦੀ ਹੋਈ ਨਜ਼ਰ ਆਈ ਹੈ। ਮਾਮਲਾ ਸ਼ਿਮਲਾ ਤੋਂ ਸਾਹਮਣੇ ਆਇਆ ਹੈ। ਸ਼ਿਮਲਾ ਦੇ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਸ਼ਿਮਲਾ ਦੇ ਚੱਕਰ ਦੇ ਵਿੱਚ ਜਾ ਰਹੇ ਇਹ ਤਿੰਨ ਨੌਜਵਾਨ ਆਪਣੀ ਕਾਰ 'ਚ ਸਵਾਰ ਸਨ ਅਤੇ ਜਿਵੇਂ ਹੀ ਪਹਾੜੀ ਇਲਾਕੇ 'ਚੋਂ ਗੁਜ਼ਰ ਰਹੇ ਸਨ ਤਾਂ ਇੱਥੇ ਇਹਨਾਂ ਦੀ ਕਾਰ ਬੇਕਾਬੂ ਹੋ ਕੇ ਪਹਾੜੀ ਤੋਂ ਰੁੜਦੀ ਹੋਈ ਹੇਠਾਂ ਸੜਕ 'ਤੇ ਆ ਡਿੱਗੀ। ਤਸਵੀਰਾਂ ਦੇ ਵਿੱਚ ਜੋ ਨਜ਼ਰ ਆਇਆ ਹੈ ਕਾਰ ਦੇ ਇੱਕ ਇੱਕ ਕਰਕੇ ਪਹਿਲਾਂ ਤਾਂ ਪੁਰਜੇ ਸੜਕ ਤੇ ਡਿੱਗਦੇ ਨੇ ਤੇ ਫਿਰ ਉਸ ਤੋਂ ਬਾਅਦ ਪੂਰੀ ਦੀ ਪੂਰੀ ਕਾਰ ਹੀ ਜਿਹੜੀ ਹੈ ਸੜਕ ਤੇ ਆ ਡਿੱਗਦੀ ਹੈ ਜਿਸ ਕਰਕੇ ਇੱਕ ਧਮਾਕੇ ਦੀ ਆਵਾਜ਼ ਵੀ ਹੁੰਦੀ ਹੈ ਤੇ ਆਸ-ਪਾਸ ਲੋਕਾਂ ਦੀ ਨੀਂਦ ਵੀ ਖੁੱਲ ਜਾਂਦੀ ਹੈ। ਲੋਕ ਸਹਿਮ ਜਾਂਦੇ ਨੇ ਤੇ ਜਦੋਂ ਬਾਹਰ ਆ ਕੇ ਦੇਖਦੇ ਨੇ ਇਹ ਮੁੰਡੇ ਖੂਨ ਨਾਲ ਲੱਥ-ਪੱਥ ਗੱਡੀ ਦੇ ਅੰਦਰ ਪਏ ਹੁੰਦੇ ਨੇ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ। ਡਾਕਟਰਾਂ ਦੇ ਵੱਲੋਂ ਦੋ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਜਦਕਿ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਉਹ ਜ਼ੇਰੇ ਇਲਾਜ ਹੈ। ਮ੍ਰਿਤਕਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਅਜੇ ਤੇ ਵਿਸ਼ਾਲ ਦੇ ਰੂਪ 'ਚ ਹੋਈ ਹੈ। ਅਜੇ ਗੱਡੀ ਚਲਾ ਰਿਹਾ ਸੀ ਅਤੇ ਵਿਸ਼ਾਲ ਤੇ ਕਪਿਲ ਦੋ ਦੇ ਦੋਸਤ ਗੱਡੀ ਦੇ ਵਿੱਚ ਉਸ ਦੇ ਨਾਲ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ ਵਿਸ਼ਾਲ ਦੀ ਤੇ ਅਜੇ ਦੀ ਮੌਤ ਹੋ ਚੁੱਕੀ ਹੈ ਜਦਕਿ ਕਪਿਲ ਨਾਮ ਦਾ ਇਹ ਮੁੰਡਾ ਹੈ ਜਿਸ ਨੂੰ ਸੱਟਾਂ ਲੱਗੀਆਂ ਨੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਦੱਸਿਆ ਜਾ ਰਿਹਾ ਹੈ ਕਿ ਅਜੇ ਲੱਕੜ ਬਾਜ਼ਾਰ ਦਾ ਰਹਿਣ ਵਾਲਾ ਸੀ ਜਦਕਿ ਕਪਿਲ ਤੇ ਵਿਸ਼ਾਲ ਦੋਵੇਂ ਸ਼ੋਗੀ ਦੇ ਰਹਿਣ ਵਾਲੇ ਸਨ। ਇੱਥੇ ਘੁੰਮਣ ਦੇ ਲਈ ਨਿਕਲੇ ਹੋਏ ਸਨ ਤੇ ਇਸੇ ਦੌਰਾਨ ਹੀ ਕਾਰ ਬੇਕਾਬੂ ਹੋ ਗਈ ਤੇ ਪਹਾੜੀ ਤੋਂ ਹੇਠਾਂ ਜਾ ਡਿੱਗੀ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਹਾਦਸਾ ਬੇਹੱਦ ਖਤਰਨਾਕ ਸੀ, ਤਸਵੀਰਾਂ ਬੇਹੱਦ ਖੌਫਨਾਕ ਨੇ। ਲੋਕਾਂ ਦੇ ਵੀ ਰੌਂਗਟੇ ਖੜੇ ਹੋ ਗਏ ਜਦੋਂ ਉਹਨਾਂ ਨੇ ਧਮਾਕੇ ਦੀ ਆਵਾਜ਼ ਸੁਣੀ। ਬਾਹਰ ਨਿਕਲੇ ਤਾਂ ਮੁੰਡਿਆਂ ਦੇ ਹਾਲ ਦੇਖੇ ਨਹੀਂ ਜਾ ਰਹੇ ਸਨ, ਖੂਨ ਨਾਲ ਲੱਥ-ਪੱਥ ਪਏ ਹੋਏ ਸਨ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਉਧਰ ਮ੍ਰਿਤਕਾਂ ਦੇ ਪਰਿਵਾਰਾਂ ਦੇ ਵਿੱਚ ਵੀ ਮਾਤਮ ਪਸਰਿਆ ਹੋਇਆ। ਫਿਲਹਾਲ ਪੁਲਿਸ ਦੇ ਵੱਲੋਂ ਇਸ ਹਾਦਸੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪਹਾੜੀ ਆ ਕੇ ਚ ਘੁੰਮਣ ਗਏ ਤਿੰਨ ਦੋਸਤਾਂ ਦੇ ਨਾਲ ਵੱਡਾ ਹਾਦਸਾ ਵਾਪਰਿਆ ਜਿੱਥੇ ਉਹਨਾਂ ਦੀ ਤੇਜ਼ ਰਫ਼ਤਾਰ ਕਾਰ ਪਹਾੜੀ ਤੋਂ ਰੁੜਦੀ ਹੋਈ ਹੇਠਾਂ ਸੜਕ ਤੇ ਜਾ ਡਿੱਗੀ ਜਿਸ ਕਰਕੇ ਕਾਰ ਦੇ ਪਰਖੱਚੇ ਉੱਡ ਗਏ ਅਤੇ ਦੋ ਮੁੰਡਿਆਂ ਦੀ ਥਾਂ ਹੀ ਜਾਨ ਨਿਕਲ ਗਈ ਜਦਕਿ ਤੀਸਰਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਕਾਰ ਪਹਾੜੀ ਤੋਂ ਡਿੱਗਦੀ ਹੋਈ ਨਜ਼ਰ ਆਈ ਹੈ। ਮਾਮਲਾ ਸ਼ਿਮਲਾ ਤੋਂ ਸਾਹਮਣੇ ਆਇਆ ਹੈ। ਸ਼ਿਮਲਾ ਦੇ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਸ਼ਿਮਲਾ ਦੇ ਚੱਕਰ ਦੇ ਵਿੱਚ ਜਾ ਰਹੇ ਇਹ ਤਿੰਨ ਨੌਜਵਾਨ ਆਪਣੀ ਕਾਰ 'ਚ ਸਵਾਰ ਸਨ ਅਤੇ ਜਿਵੇਂ ਹੀ ਪਹਾੜੀ ਇਲਾਕੇ 'ਚੋਂ ਗੁਜ਼ਰ ਰਹੇ ਸਨ ਤਾਂ ਇੱਥੇ ਇਹਨਾਂ ਦੀ ਕਾਰ ਬੇਕਾਬੂ ਹੋ ਕੇ ਪਹਾੜੀ ਤੋਂ ਰੁੜਦੀ ਹੋਈ ਹੇਠਾਂ ਸੜਕ 'ਤੇ ਆ ਡਿੱਗੀ। ਤਸਵੀਰਾਂ ਦੇ ਵਿੱਚ ਜੋ ਨਜ਼ਰ ਆਇਆ ਹੈ ਕਾਰ ਦੇ ਇੱਕ ਇੱਕ ਕਰਕੇ ਪਹਿਲਾਂ ਤਾਂ ਪੁਰਜੇ ਸੜਕ ਤੇ ਡਿੱਗਦੇ ਨੇ ਤੇ ਫਿਰ ਉਸ ਤੋਂ ਬਾਅਦ ਪੂਰੀ ਦੀ ਪੂਰੀ ਕਾਰ ਹੀ ਜਿਹੜੀ ਹੈ ਸੜਕ ਤੇ ਆ ਡਿੱਗਦੀ ਹੈ ਜਿਸ ਕਰਕੇ ਇੱਕ ਧਮਾਕੇ ਦੀ ਆਵਾਜ਼ ਵੀ ਹੁੰਦੀ ਹੈ ਤੇ ਆਸ-ਪਾਸ ਲੋਕਾਂ ਦੀ ਨੀਂਦ ਵੀ ਖੁੱਲ ਜਾਂਦੀ ਹੈ। ਲੋਕ ਸਹਿਮ ਜਾਂਦੇ ਨੇ ਤੇ ਜਦੋਂ ਬਾਹਰ ਆ ਕੇ ਦੇਖਦੇ ਨੇ ਇਹ ਮੁੰਡੇ ਖੂਨ ਨਾਲ ਲੱਥ-ਪੱਥ ਗੱਡੀ ਦੇ ਅੰਦਰ ਪਏ ਹੁੰਦੇ ਨੇ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ। ਡਾਕਟਰਾਂ ਦੇ ਵੱਲੋਂ ਦੋ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਜਦਕਿ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਉਹ ਜ਼ੇਰੇ ਇਲਾਜ ਹੈ। ਮ੍ਰਿਤਕਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਅਜੇ ਤੇ ਵਿਸ਼ਾਲ ਦੇ ਰੂਪ 'ਚ ਹੋਈ ਹੈ। ਅਜੇ ਗੱਡੀ ਚਲਾ ਰਿਹਾ ਸੀ ਅਤੇ ਵਿਸ਼ਾਲ ਤੇ ਕਪਿਲ ਦੋ ਦੇ ਦੋਸਤ ਗੱਡੀ ਦੇ ਵਿੱਚ ਉਸ ਦੇ ਨਾਲ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ ਵਿਸ਼ਾਲ ਦੀ ਤੇ ਅਜੇ ਦੀ ਮੌਤ ਹੋ ਚੁੱਕੀ ਹੈ ਜਦਕਿ ਕਪਿਲ ਨਾਮ ਦਾ ਇਹ ਮੁੰਡਾ ਹੈ ਜਿਸ ਨੂੰ ਸੱਟਾਂ ਲੱਗੀਆਂ ਨੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਦੱਸਿਆ ਜਾ ਰਿਹਾ ਹੈ ਕਿ ਅਜੇ ਲੱਕੜ ਬਾਜ਼ਾਰ ਦਾ ਰਹਿਣ ਵਾਲਾ ਸੀ ਜਦਕਿ ਕਪਿਲ ਤੇ ਵਿਸ਼ਾਲ ਦੋਵੇਂ ਸ਼ੋਗੀ ਦੇ ਰਹਿਣ ਵਾਲੇ ਸਨ। ਇੱਥੇ ਘੁੰਮਣ ਦੇ ਲਈ ਨਿਕਲੇ ਹੋਏ ਸਨ ਤੇ ਇਸੇ ਦੌਰਾਨ ਹੀ ਕਾਰ ਬੇਕਾਬੂ ਹੋ ਗਈ ਤੇ ਪਹਾੜੀ ਤੋਂ ਹੇਠਾਂ ਜਾ ਡਿੱਗੀ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਹਾਦਸਾ ਬੇਹੱਦ ਖਤਰਨਾਕ ਸੀ, ਤਸਵੀਰਾਂ ਬੇਹੱਦ ਖੌਫਨਾਕ ਨੇ। ਲੋਕਾਂ ਦੇ ਵੀ ਰੌਂਗਟੇ ਖੜੇ ਹੋ ਗਏ ਜਦੋਂ ਉਹਨਾਂ ਨੇ ਧਮਾਕੇ ਦੀ ਆਵਾਜ਼ ਸੁਣੀ। ਬਾਹਰ ਨਿਕਲੇ ਤਾਂ ਮੁੰਡਿਆਂ ਦੇ ਹਾਲ ਦੇਖੇ ਨਹੀਂ ਜਾ ਰਹੇ ਸਨ, ਖੂਨ ਨਾਲ ਲੱਥ-ਪੱਥ ਪਏ ਹੋਏ ਸਨ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਉਧਰ ਮ੍ਰਿਤਕਾਂ ਦੇ ਪਰਿਵਾਰਾਂ ਦੇ ਵਿੱਚ ਵੀ ਮਾਤਮ ਪਸਰਿਆ ਹੋਇਆ ਹੈ। ਫਿਲਹਾਲ ਪੁਲਿਸ ਦੇ ਵੱਲੋਂ ਇਸ ਹਾਦਸੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।